अगर आपने हमारे YouTube चैनल को अब तक सब्सक्राइब नहीं किया है तो आपको यहाँ सब्सक्राइब बटन दिख रहा है, इस पर आप क्लिक कीजिए और हमें सब्सक्राइब कर दीजिए। और साथ ही साथ इसके सामने एक नोटिफिकेशन बेल आ रहा है, इसे भी आप इनेबल कर दीजिए ताकि आपको तुरंत नोटिफिकेशन मिले जब भी हम कोई नई वीडियो अपलोड करें। तो चलिए हम एक्साइज विभाग तरनतारन और थाना झब्बाल की पुलिस ने संयुक्त छापामारी के दौरान गांव झब्बाल के एक गोदाम में अवैध रूप से रखी 5,000 पेटी अंग्रेजी शराब बरामद की है। पुलिस ने इस मामले में 5 आरोपियों के खिलाफ धोखाधड़ी और एक्साइज एक्ट के अनुसार केस दर्ज किया है। पुलिस द्वारा पकड़े गए आरोपियों का कहना है कि उनका पकड़ी गई शराब के साथ कोई संबंध नहीं है, वह तो केवल लेबर का काम करते हैं। यह शराब जंडियाला और अमृतसर के किसी व्यापारी की है, वह केवल गोदाम में सुरक्षा के लिए रात को सोने के लिए यहां आते हैं। पकड़े गए आरोपियों ने मीडिया के समक्ष खुद को बेकसूर बताया है। ਸਰਦਾਰ ਕਬੀਰ ਸਿੰਘ ਜੀ ਪੀਟੀਓ ਐਕਸਾਈਜ ਤੇ ਨਿਸ਼ਾ ਦਿਸ਼ਾ ਤੇ ਨਾਲ ਚੋਲਾ ਆਪਣੇ ਝਬਾਲ ਥਾਣੇ ਦੀ ਪੁਲਿਸ ਨੇ ਮਿਲ ਕੇ ਰੇਡ ਕੀਤਾ ਜੀ। ਇੱਥੇ ਕੀ ਸਰ ਮਿਲਿਆ? ਕੀ ਇਹਦੇ ਵਿੱਚ ਨਜਾਇਜ਼ ਸ਼ਰਾਬ ਕੋਈ ਲੇਬਲਾਂ ਤੋਂ ਬਗੈਰ ਵੀ ਸ਼ਰਾਬ ਜਿਹੜੀ ਉਹ ਪਾਈ ਗਈ ਆ। ਕਿੰਨੀ ਹੈ ਸਰ, ਕਿੰਨਾ ਗੋਦਾਮ ਆ, ਕਿਹੜੀ ਜਗ੍ਹਾ ਤੇ? ਇਹ ਝਬਾਲ ਅਟਾਰੀ ਰੋਡ ਤੇ ਹੈਗਾ ਜੀ ਗੋਦਾਮ ਠੇਕੇਦਾਰਾਂ ਦਾ, ਤੇ ਇਹ ਠੇਕੇਦਾਰਾਂ ਦੇ ਝਬਾਲ ਦੇ ਵਿੱਚ ਜਿਹੜੀ ਸ਼ਰਾਬ ਪਾਈ ਗਈ ਆ ਸਾਰੀ, ਮਤਲਬ ਕਿ ਕੋਈ ਲੇਬਲਾਂ ਤੋਂ ਬਗੈਰ ਆ ਤੇ ਕੁਝ ਦੂਜੀ ਆ, ਉਹ ਸਾਰੀ ਵੈਰੀਫਿਕੇਸ਼ਨ ਤੋਂ ਬਾਅਦ ਪਤਾ ਚੱਲੂਗਾ। ਸਰ ਸ਼ਰਾਬ ਜਿਹੜੀ ਬ੍ਰਾਂਡਡ ਹੈਗੀ ਜਾਂ ਦੇਸੀ ਹੈ? ਇਹ ਦੇਸੀ ਵੀ ਆ ਤੇ ਉਹਦੇ ਵਿੱਚ ਅੰਗਰੇਜ਼ੀ ਵੀ ਹੈਗੀ ਆ, 75 ਡਿਗਰੀ ਦੀ ਵੀ ਹੈਗੀ ਆ ਜੀ, ਤੇ ਕੁਛ ਬੀਅਰ ਵੀ ਹੈਗੀ ਆ। ਤੇ ਸਰ ਇਹ ਪਤਾ ਲੱਗਾ ਵੀ ਇਹ ਗੋਦਾਮ ਕਿਹਦਾ ਹੈਗਾ ਜੀ? ਇਹ ਠੇਕੇਦਾਰ ਜਿਹੜੀ ਅਡਕੋ ਹੈਗੀ ਆ, ਉਹਨਾਂ ਦੇ ਮਨਜੀਤ ਕੌਰ, ਵਾਈਫ ਆਫ ਗੁਰਭੇਜ ਸਿੰਘ, ਪੰਡੋਰੀ ਬਜਾਇਚ, ਮਜੀਠਾ ਰੋਡ, ਅੰਮ੍ਰਿਤਸਰ ਆ। ਤੇ ਸਰ ਜਿਵੇਂ ਤੁਸੀਂ ਉੱਥੇ ਗੋਦਾਮ ਉੱਪਰ ਦਫ਼ਤਰ ਦੇ ਉੱਪਰ ਪਹੁੰਚੇ, ਇੱਥੇ ਕੋਈ ਵੀ ਅਧਿਕਾਰੀ ਨਹੀਂ ਮੌਜੂਦ, ਪਰਚੇ ਪਏ ਨੇ? ਹਾਂਜੀ। ਤੇ ਕੀ ਗੱਲਬਾਤ ਭੱਜ ਗਈ ਸਾਰੀ? ਉਹ ਇੱਥੋਂ ਭੱਜ ਗਿਆ ਜੀ। ਇਹ ਜਿੰਨੀ ਵੀ ਸ਼ਰਾਬ ਹੈਗੀ, ਕੁਛ ਪਤਾ ਕਿਹੜੀ ਫੈਕਟਰੀ ਦੀ ਸ਼ਰਾਬ ਆ ਜਿਸ ਤਰ੍ਹਾਂ ਇੱਥੇ ਪਹੁੰਚੀ? ਇਹ ਕੁਛ ਵੱਖ ਵੱਖ ਬ੍ਰਾਂਡ ਆ ਜੀ, ਜਿਵੇਂ ਕੈਸ਼ ਆ, ਕੋਈ ਅੰਗਰੇਜ਼ੀ ਸ਼ਰਾਬ ਆ, ਕੋਈ ਫਸਟ ਚੋਇਸ ਆ। ਕੀ ਸਰ ਕਾਰਵਾਈ ਤੁਹਾਡੇ ਵੱਲੋਂ? ਇਹ ਜੀ ਵੈਰੀਫਿਕੇਸ਼ਨ ਤੋਂ ਬਾਅਦ ਜੋ ਵੀ ਕਾਰਵਾਈ ਹੋਊਗੀ ਉਹ ਕੀਤੀ ਜਾਊਗੀ। ਹੁਣ ਸ਼ਰਾਬ ਸਾਰੇ ਕਿੱਥੇ ਲੈ ਕੇ ਚੱਲੇ? ਸ਼ਰਾਬ ਸਾਰੇ ਥਾਣੇ ਚੱਲੀ ਆ ਜੀ।